ਸਤਿਕਾਰ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਅੱਜ ਅਸੀਂ ਆਧੁਨਿਕ ਪੰਜਾਬੀ ਕਾਵਿ ਦੇ ਇੱਕ ਅਜਿਹੇ ਕਵੀ ਦੇ ਬਾਰੇ ਗੱਲ ਕਰਾਂਗੇ ਜੋ ਕਿਸੇ ਜਾਣ ਪਹਿਚਾਨ ਦੀ ਮਤਹਾਜ ਨਹੀਂ ਜਿਸ ਨੇ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਕੀਤੀ ਤੇ ਔਰਤਾਂ ਦੇ ਪੱਖ ਨੂੰ ਪੇਸ਼ ਕੀਤਾ ਅਮਰਤਾ ਪ੍ਰੀਤਮ ਦੇ ਬਾਰੇ ਗੱਲ ਕਰਾਂਗੇ ਅਮਰਤਾ ਪ੍ਰੀਤਮ ਇੱਕ ਪੰਜਾਬੀ ਲੇਖਕ ਕਵੀ ਨਾਵਲਕਾਰ ਕਹਾਣੀਕਾਰ ਅਤੇ ਵਾਰਤਕਕਾਰ ਸੀ ਅਮਰਤਾ ਪ੍ਰੀਤਮ ਦੇ ਜੀਵਨ ਬਾਰੇ ਗੱਲ ਕਰੀ ਤਾਂ ਉਹਨਾਂ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਮਾਤਾ ਰਾਜਕੌਰ ਦੀ ਕੁੱਖੋਂ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ। ਉਸਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ ਅਤੇ ਅਮਰਤਾ ਨੇ ਕਾਫੀ ਰਦੀਫ ਦੀ ਜਾਣਕਾਰੀ ਅਤੇ ਕਾਵ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਆਪ ਦੀ ਮਾਤਾ ਨੇ 4 ਸਾਲ ਦੀ ਉਮਰ ਵਿੱਚ ਉਸਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ ਜਦੋਂ ਉਹ 11 ਸਾਲਾਂ ਦੀ ਸੀ ਤਾਂ ਇਸਦੀ ਮਾਂ ਦੀ ਮੌਤ ਹੋ ਗਈ ਤੇ ਪਿਤਾ ਨੇ 16 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਕਰਕੇ ਆਪਣੇ ਪਤਨੀ ਦਾ ਬੋਲ ਪੁਗਾ ਦਿੱਤਾ ਤੇ ਆਪਣਾ ਫਰਜ਼ ਨਿਭਾਤਾ ਇਹ ਸ਼ਾਦੀ 1936 ਵਿੱਚ ਪ੍ਰੀਤਮ ਸਿੰਘ ਕੁਆਤੜਾ ਨਾਲ ਹੋਈ ਹੁੰਦੀ ਹੈ ਜਿਹੜੀ ਬਾਅਦ ਦੇ ਵਿੱਚ ਅਮਰਤਾ ਪ੍ਰੀਤਮ ਉਹਨਾਂ ਨੂੰ ਛੱਡ ਵੀ ਜਾਂਦੇ ਨੇ ਉਹ ਅਮਰਤਾ ਪ੍ਰੀਤਮ ਦੇ ਦੋ ਬੱਚੇ ਹੁੰਦੇ ਨੇ ਇੱਕ ਨਵਰਾਜ ਤੇ ਪੁੱਤਰੀ ਕੁੰਦਲਾ ਕੰਦਲਾ ਨੂੰ ਜਨਮ ਦਿੱਤਾ ਤੇ ਉਸ ਦੇਸ਼ ਦੀ ਵੰਡ ਵਿੱਚੋਂ ਲਾਹੌਰ ਤੋਂ ਹੁੰਦੇ ਹੋਏ ਪਹਿਲਾਂ ਲਾਹੌਰ ਦੇ ਵਿੱਚ ਰਹਿੰਦੇ ਨੇ ਜਦੋਂ ਦੇਸ਼ ਦੀ ਵੰਡ ਹੁੰਦੀ ਆ ਉਸ ਤੋਂ ਬਾਅਦ ਡੇਰਾ ਦੂਨ ਤੇ ਫਿਰ ਦਿੱਲੀ ਆ ਜਾਂਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਦੇ ਵਿੱਚੋਂ ਅਮਰਤਾ ਪ੍ਰੀਤਮ ਦਾ ਨਾਮ ਗਿਣਿਆ ਜਾਂਦਾ ਹੈ ਅਤੇ ਸ਼ੇਧਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ ਉਸ ਨੇ ਕਵਿਤਾ ਨਾਵਲ ਜੀਵਨੀ ਨਿਵੰਦ ਆਤ ਵਿਧਾਵਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਇਨ੍ਹਾਂ ਵਿੱਚ ਪੰਜਾਬੀ ਗੀਤ ਗਲੋ ਗੀਤਾਂ ਦਾ ਇੱਕ ਸੰਗ੍ਰਹਿ ਅਤੇ ਕਾਤਮਕਥਾ ਵੀ ਇਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ ਅਮਰਤਾ ਪੀਤੋਂ ਨੇ 1932 ਵਿੱਚ 8ਵੀਂ ਅਤੇ ਵਿਦਵਾਨੀ ਦੀ ਪ੍ਰੀਖਿਆਵਾਂ ਪਾਸ ਕੀਤੀਆਂ ਤੇ 1933 ਵਿੱਚ ਗਿਆਨੀ ਪਾਸ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 10ਵੀਂ ਪਾਸ ਕਰਦੇ ਨੇ ਅਮਰਤਾ ਪਰੀਤੋਂ ਨੂੰ ਕਈ ਭਾਸ਼ਾਵਾਂ ਦੀ ਮਾਹਿਰ ਸੀ ਤੇ 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਡੀਲੈਟ ਦੀ ਡਿਗਰੀ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈਗਾ ਅਮਰਤਾ ਪ੍ਰੀਤਮ ਨੂੰ ਡੀਲੈਟ ਦੀ ਡਿਗਰੀ ਆਨਰ ਆਨਰੇਰੀ ਡਿਗਰੀ ਦੇ ਨਾਮ 'ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈਗਾ ਤੇ ਆਜ਼ਾਦ ਭਾਰਤ ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੀ ਉਪਾਧੀ ਵੀ ਪ੍ਰਦਾਨ ਕੀਤੀ ਜਾਂਦੀ ਹੈ ਅਮਰਤਾ ਪ੍ਰੀਤਮ ਨੂੰ ਅਮਰਤਾ ਦਾ ਬਚਪਨ ਲਾਹੌਰ ਵਿੱਚ ਗੁਜ਼ਰਿਆ ਤੇ ਸਿੱਖਿਆ ਵੀ ਉੱਥੇ ਹੀ ਹੋਈ ਹੋਈ ਉਸਨੇ ਕਿਸ਼ੋਰ ਅਵਸਥਾ ਤੋਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਤੇ ਉਸਨੇ ਕਪਤਾ ਕਹਾਣੀ ਨਿਵੰਦ ਲਿਖੇ ਇਸ ਦੀਆਂ ਪ੍ਰਕਾਸ਼ਿਤ ਕਿਤਾਬਾਂ 50 ਤੋਂ ਜ਼ਿਆਦਾ ਹਨ ਤੇ ਇਸ ਦੀਆਂ ਮਹੱਤਵਪੂਰਨ ਰਚਨਾਵਾਂ ਨੇ ਇੱਕ ਦੇਸੀ ਵਿਦੇਸੀ ਭਾਸ਼ਾਵਾਂ ਵਿੱਚ ਨਵਾਦ ਕੀਤੀਆਂ ਗਈਆਂ ਅਮਰਤਾ ਨੇ ਕੁੱਲ ਮਿਲਾ ਕੇ ਲਗਭਗ 100 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਉਹਨਾਂ ਦੀ ਆਤਮਕਥਾ ਰਸਿੱਧੀ ਡਾਕਟਰ ਈ ਸ਼ਾਮਲ ਹੈ ਸਿੱਧੀ ਰਕਟ ਬਹੁਤ ਮਸ਼ਹੂਰ ਕਿਤਾਬ ਅਮਰਤਾ ਪ੍ਰੀਤਮ ਦੀ ਜਿਹੜੀ ਉਹਨਾਂ ਦੀ ਆਤਮਕਥਾ ਗਈ ਅਮਰਤਾ ਪ੍ਰੀਤਮ ਉਹਨਾਂ ਦੀਆਂ ਸਹਿਤਕਾਰਾਂ ਵਿੱਚੋਂ ਉਹਨਾਂ ਸਹਿਤਕਾਰਾਂ ਵਿੱਚੋਂ ਸਨ ਜਿਨ੍ਹਾਂ ਦੀਆਂ ਕ੍ਰਿਤਿਆਂ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਮਰਤਾ ਪ੍ਰੀਤਮ ਦੀਆਂ ਬਹੁਤ ਸਾਰੀਆਂ ਕਿਤਾਬਾਂ ਦਾ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਵੀ ਹੋਇਆ ਉਸ ਨੇ ਕਈ ਕਾਵ ਸੰਗ੍ਰਹਿ ਪੰਜਾਬੀ ਦੀ ਝੋਲੀ ਪਾਏ ਨੇ ਉਸ ਦਾ ਪਹਿਲਾ ਕਾਵ ਸੰਗ੍ਰਹਿ ਠੰਡੀਆਂ ਕਿਰਨ 1935 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈਗਾ ਅਮਰਤਾ ਪ੍ਰੀਤਮ ਦਾ ਪਹਿਲਾ ਕਾਵ ਸੰਗ੍ਰਹਿ ਠੰਡੀਆਂ ਕਿਰਨ ਕਿ ਜੇਕਰ ਮਾਨ ਸਨਮਾਨ ਦੀ ਗੱਲ ਕਰੀਏ ਅਮਰਤਾ ਪ੍ਰੀਤਮ ਨੂੰ ਹੁਣ ਤੱਕ ਕਿਹੜੇ ਕਿਹੜੇ ਮਾਨ ਸਨਮਾਨ ਮਿਲ ਚੁੱਕੇ ਨੇ ਅਮਰਤਾ ਪ੍ਰੀਤਮ ਨੂੰ 1956 ਦੇ ਵਿੱਚ ਸਨੇਹੜੇ ਕਾਵ ਸੰਗ੍ਰਹਿ ਤੇ ਲਈ ਸਾਹਿਤ ਅਕੈਡਮੀ ਦਾ ਪੁਰਸਕਾਰ ਪ੍ਰਾਪਤ ਹੁੰਦਾ ਹੈਗਾ ਤੇ 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਦਾ 1958 ਦੇ ਵਿੱਚ ਤੇ 1969 ਦੇ ਵਿੱਚ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਪਦਮ ਸ੍ਰੀ ਦੇ ਨਾਲ ਨਿਵਾਜਿਆ ਜਾਂਦਾ 1969 ਦੇ ਵਿੱਚ ਤੇ ਸਾਇਤ ਕਲਾ ਪਰਿਸ਼ਦ ਦਿੱਲੀ ਵੱਲੋਂ 1974 ਦੇ ਵਿੱਚ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਹੈਗਾ ਤੇ ਕੰਨੜ ਸਾਹਿਤ ਸੁਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਨਾਮ ਮਿਲਦਾ ਤੇ 1982 ਵਿੱਚ ਉਸ ਨੂੰ ਕਾਗਜ਼ ਤੇ ਕੈਨਵਸ ਕਾਮ ਸੰਗ੍ਰਹਿ ਤੇ ਗਿਆਨਪੀਠ ਅਵਾਰਡ ਮਿਲਦਾ ਹੈ ਬਹੁਤ ਇੰਪੋਰਟੈਂਟ ਹੈ 1982 ਦੇ ਵਿੱਚ ਕਾਗਜ਼ ਤੇ ਕੈਨਵਸ ਉਹਨਾਂ ਦਾ ਕਾਵ ਸੰਗ੍ਰਹਿ ਸੀ ਉਸ ਦੇ ਲਈ ਉਹਨਾਂ ਨੂੰ ਗਿਆਨਪੀਠ ਫੋਰਸਕਾਰ ਮਿਲਦਾਗਾ ਅਮਰਤਾ ਪ੍ਰੀਤਮ ਨੂੰ ਉਸ ਤੋਂ ਬਾਅਦ ਗੱਲ ਕਰੀ ਤਾਂ 1988 ਦੇ ਵਿੱਚ ਬਲਗਾਰੀਆ ਵੈਰੋਬ ਇਨਾਮ ਅੰਤਰਰਾਸ਼ਟਰੀ ਪੱਧਰ ਦਾ ਉਹਨਾਂ ਨੂੰ ਮਿਲਦਾ ਹੈਗਾ ਤੇ 2005 ਵਿੱਚ ਅਮਰਤਾ ਪ੍ਰੀਤਮ ਨੂੰ ਭਾਰਤ ਦੇ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਪਹਿਭੂਸ਼ਣ ਦੇ ਨਾਲ ਨਿਵਾਜਿਆ ਜਾਂਦਾ ਹੈਗਾ 2005 ਦੇ ਵਿੱਚ ਪਦਮ ਪਹਿਭੂਸ਼ਣ ਦੇ ਨਾਲ ਨਿਵਾਜਿਆ ਜਾਂਦਾ ਹੈ ਤੇ ਜੇਕਰ ਉਹਨਾਂ ਦੀ ਕਵਿਤਾ ਦੇ ਵੱਖ-ਵੱਖ ਅਹਿਮ ਪਹਿਲੂਆਂ ਦੀ ਗੱਲ ਕਰੀ ਤਾਂ ਅਮਰਤਾ ਪ੍ਰੀਤਮ ਰੋਮਾਂਸਵਾਦੀ ਪ੍ਰਕਤੀਵਾਦੀ ਪ੍ਰਵਿਰਤੀ ਦੀ ਕਵਿਤਰੀ ਹੈ ਅਮਰਤਾ ਪ੍ਰੀਤਮਾ ਜਿਹੜੀ ਰਮਾਂਸਵਾਦੀ ਪ੍ਰਕਤੀਵਾਦੀ ਪ੍ਰਵਿਰਤੀ ਦੀ ਕਵੀ ਸੀ ਤੇ ਅਮਰਤਾ ਨੇ ਮੋਹਨ ਸਿੰਘ ਦੇ ਨਾਲ ਕਵਿਤਾ ਵਿੱਚ ਰੂਪ ਤੇ ਵਿਸ਼ੇ ਦੇ ਪੱਖ ਤੋਂ ਕਦਮ ਨਾ ਕਦਮ ਬੁਲਾਇਆ ਦੋਹਾਂ ਦੇ ਝੁਕਾਰ ਰੂਚੀਆਂ ਆਦਰਸ਼ ਲਗਭਗ ਸਾਂਝੇ ਤੇ ਇੱਕੋ ਜਿਹੇ ਹੀ ਰਹੇ ਨੇ ਫਰਕ ਕਿਉਂ ਇੰਨਾ ਹੈ ਕਿ ਮੋਹਨ ਸਿੰਘ ਦੀ ਕਾਵਕਲਾਸ ਦੇ ਪੁਰਸ਼ਨਪੋ ਵਿੱਚੋਂ ਤੇ ਅਮਰਤ ਦੀ ਦੀ ਅਮਰਤਾ ਦੀ ਕਵਤਾ ਵਿੱਚ ਇਸਤਰੀ ਭਾਵ ਪੂਰੀ ਤੀਬਰਤਾ ਦਿਸ ਹੈ ਸਿਰਦਤਾ ਨਾਲ ਗੁੜੇ ਹਨ ਇਸ ਲਈ ਉਸ ਨੂੰ ਪੰਜਾਬੀ ਔਰਤ ਦੀ ਆਵਾਜ਼ ਕਿਹਾ ਜਾਂਦਾ ਹੈ ਪੰਜਾਬੀ ਔਰਤ ਦੀ ਆਵਾਜ਼ ਅਮਰਤਾ ਪ੍ਰੀਤਮ ਨੂੰ ਕਿਹਾ ਜਾਂਦਾ ਹੈਗਾ ਤੇ ਜਿੱਥੇ ਮੋਹਨ ਸਿੰਘ ਦੇ ਵਿੱਚ ਜਿਹੜੀ ਕਵਤਾ ਕੀ ਮੋਹਨ ਸਿੰਘ ਦੀ ਕਵਤਾ ਰੂਪ ਤੇ ਵਿਸ਼ੇ ਦੇ ਪੱਖੋਂ ਬੇਸ਼ੱਕ ਦੋਨੇ ਸਾਂਝੇ ਨੇ ਪਰ ਇਹਨਾਂ ਦੇ ਫਰਕ ਕਿਵਲੇ ਇੰਨਾ ਮੋਹਨ ਸਿੰਘ ਦੀ ਕਾਵਕਲਾਸ ਦੇ ਪੁਰਸ਼ ਅਨੁਭਵ ਦੇ ਵਿੱਚੋਂ ਨਿਕਲਦੀ ਹੈ ਜਦ ਕਿ ਅਮਰਤਾ ਦੀ ਕਵਤਾ ਇਸਤਰੀ ਭਾਵ ਦੇ ਵਿੱਚੋਂ ਅਮਰਤਾ ਦੀ ਮੁੱਢਲੀ ਕਪਤਾ ਰਵਾਇਤ ਵਿੱਚੋਂ ਹੀ ਪੁੱਗਰੀ ਹੈ ਪਰ ਜਿਉਂਦਾ ਜੀਵਨ ਵਿੱਚ ਉਸ ਦੀ ਕਪਤਾ ਦੇ ਆਧੁਨਿਕ ਮਹਾਂਦਰੇ ਨਿਖਰਨ ਲੱਗ ਪਏ ਸਨ ਉਸ ਤੋਂ ਸ਼ੁਰੂ ਸ਼ੁਰੂਆਤ ਦੇ ਵਿੱਚ ਮੁੱਢਲੀ ਕਪਤਾ ਜਿਹੀ ਸੀ ਉਹਨਾਂ ਦੀ ਰਵਾਇਤ ਦੇ ਵਿੱਚ ਸੀ ਰਵਾਇਤੀ ਕਪਤਾਈ ਸੀ ਪਰ ਜਿਉਂਦਾ ਜੀਵਨ ਕਾਵ ਸੰਗ੍ਰਹਿ ਦੇ ਰਾਹੀਂ ਉਹਦੀ ਕਪਤਾ ਗਈ ਹੈ ਕਪਤਾ ਦਾ ਮਹਾਂਦਰਾ ਆਧੁਨਿਕ ਹੋਣ ਲੱਗ ਗਿਆ ਉਸਦੇ ਕਵੀ ਹਿਰਦੇ ਵਿੱਚ ਪਿਆਰ ਦਾ ਦਰਸ਼ ਸਮਾਇਆ ਹੋਇਆ ਹੈ ਪਿਆਰ ਦਾ ਦਰਸ਼ ਸਮਾਇਆ ਹੋਇਆ ਅਮਰਤਾ ਪ੍ਰੀਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਸਮਕਾਲੀ ਮੋਹਨ ਸਿੰਘ ਨੂੰ ਪਿੱਛੇ ਛੱਡ ਕੇ ਆਪਣੇ ਨਿੱਜੀ ਭਾਵਾਂ ਨੂੰ ਸਮੂਹ ਦੀ ਰੰਗਣ ਦੇ ਕੇ ਪੇਸ਼ ਕਰਦੀ ਹੈ ਉਸ ਦਾ ਤਰਿੰਜਨ ਪੰਜਾਬ ਦੇ ਸਾਰੇ ਕੌਮੀ ਸੱਭਿਆਚਾਰ ਦਾ ਇਨਵੇਨ ਉਤਾਰਾ ਬਣ ਜਾਂਦਾ ਹੈ ਉਹ ਉਹ ਸਮਾਜ ਦੀਆਂ ਜਾਬਰ ਸ਼ਕਤੀਆਂ ਨੂੰ ਦਲੇਰ ਹੋ ਕੇ ਭੰਨਦੀ ਹੈ ਤੇ ਉਸ ਅਤੇ ਕਿਪਤਾ ਵਿੱਚ ਸਿੱਧੀਆਂ ਚੋਟਾਂ ਮਾਰ ਕੇ ਕਿਪਤਾ ਵਿੱਚ ਸਿੱਧੀਆਂ ਚੋਟਾਂ ਮਾਰ ਕੇ ਬਗਾਰਦੀ ਤੇ ਲਲਕਾਰਦੀ ਹੈ ਅਨਦਾਤਾ ਕਪਤਾ ਵਿੱਚ ਮਰਦ ਤੇ ਔਸਤਰੀ ਦਾ ਰਿਸ਼ਤਾ ਮਾਲਕ ਜਿਹੜੀ ਉਹਨਾਂ ਦੀ ਮਸ਼ਹੂਰ ਕਪਤਾ ਕੀ ਅਨਦਾਤਾ ਕਪਤਾ ਵਿੱਚ ਮਰਦ ਤੇ ਔਸਤਰੀ ਦਾ ਰਿਸ਼ਤਾ ਮਾਲਕ ਤੇ ਗੁਲਾਮ ਵਾਲਾ ਹੈਗਾ ਤੇ ਇਸ ਕਪਤਾ ਦੀ ਅੰਤਿਮ ਸਤਰਾਂ ਵਿਅੰਗਮਈ ਹਨ ਅੱਗੇ ਗੱਲ ਕਰੀ ਤਾਂ ਅਮਰਤਾ ਪ੍ਰੀਤਮ ਦੀ ਜਿਹੜੀ ਕਪਤਾ ਨਾਗਮਣੀ ਹੈ ਇੱਕ ਰੂਪਕ ਰਚਨਾਗੀ ਇੱਕ ਰੂਪਕ ਰਚਨਾ ਤੇ ਇਸ ਕਪਤਾ ਵਿੱਚ ਜੰਗਲ ਅਕਲ ਦਾ ਹੈ ਤੇ ਇਸ ਵਿੱਚ ਮਨ ਨੂੰ ਕਾਡੀਆਂ ਵਾਲਾ ਸੱਪ ਦੇ ਰੂਪ ਵਿੱਚ ਦੱਸਿਆ ਗਿਆ ਹੈ ਉਸ ਤੋਂ ਬਾਅਦ ਜੇਕਰ ਅਮਰਤਾ ਪ੍ਰੀਤਮ ਦੇ ਕਾਫ ਸੰਗ੍ਰਹਿ ਦੇ ਬਾਰੇ ਗੱਲ ਕਰੀ ਤਾਂ ਅਮਰਤਾ ਪ੍ਰੀਤਮ ਦਾ ਕਾਫ ਸੰਗ੍ਰਹਿ ਠੰਡੀਆਂ ਕਿਰਨਾ 1934 ਦੇ ਵਿੱਚ ਪ੍ਰਕਾਸ਼ਿਤ ਹੁੰਦਾਗਾ ਉਸ ਤੋਂ ਬਾਅਦ 1936 ਦੇ ਵਿੱਚ ਅਮਰਤ ਲਹਿਰਾਂ 1938 ਦੇ ਵਿੱਚ ਜਿਉਂਦਾ ਜੀਵਨ 1941 ਵੇ ਤ੍ਰੇਲ ਤੋਤੇ ਫੁੱਲ 1942 ਵਿੱਚ ਉਹ ਗੀਤਾਂ ਵਾਲਿਓ ਤੇ ਉਸ ਤੋਂ ਬਾਅਦ ਅੰਮ੍ਰੀ ਦਾ ਵੇੜਾ ਬੱਦਲਾਂ ਦੇ ਪੱਲੇ ਵਿੱਚ ਇਕ ਆਪ ਸੰਗ੍ਰਹਿ ਸ਼ਬਦ ਦੇ ਨੇ ਤੇ ਉਸ ਤੋਂ ਅਗਲੇ ਇੱਕ ਆਪ ਸੰਗ੍ਰਹਿ ਨਿੱਕੀ ਜਹੀ ਸੁਗਾਤ 1944 ਦੇ ਵਿੱਚ ਲੋਕ ਪੀੜਾ 1944 ਦੇ ਵਿੱਚ ਪੱਥਰਗੀਟੇ 1946 ਦੇ ਵਿੱਚ ਲੰਮੀਆਂ ਬਾਟਾਂ 1949 ਦੇ ਵਿੱਚ ਮੈਂ ਤਵਰੀਖਾਂ ਹਿੰਦੀ ਦੀ 1950 ਦੇ ਵਿੱਚ ਸਰਗੀ ਵੇਲਾ 1951 ਦੇ ਵਿੱਚ ਮੇਰੀ ਚੌਣ ਵੀ ਕਪਤਾ 1952 ਦੇ ਵਿੱਚ ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਸੁਨੇਹੜੀ ਨੇੜੇ ਜਿਸ ਨੂੰ ਕਿ 1955 ਦੇ ਸਹਿਤ ਅਕਾਦਮੀ ਨਾਮ ਵੀ ਪ੍ਰਾਪਤ ਹੁੰਦਾ ਕਾਪ ਸੰਗ੍ਰਹਿ ਇਹਨੂੰ ਅਸ਼ੋਕਾ ਚੇਤੀ 1957 ਦੇ ਵਿੱਚ ਕਸਤੂਰੀ 1960 ਦੇ ਵਿੱਚ 나ਗਮਣੀ 1964 ਦੇ ਵਿੱਚ ਛੇਰੁੱਤਾ 1969 ਦੇ ਵਿੱਚ ਮੈਂ ਜਮਾ ਤੋਂ 1977 ਦੇ ਵਿੱਚ ਕਾਪ ਸੰਗ੍ਰਹਿ ਸਭ ਦੇ ਨੇ ਉਸ ਤੋਂ ਅਗਲੇ ਕਾਪ ਸੰਗ੍ਰਹਿ ਦੀ ਗੱਲ ਕਰੀ ਤਾਂ ਲੰਮੀਆਂ ਲਾਮੀਆਂ ਬਤਨ ਤੇ ਕਾਗਜ਼ ਤੇ ਕੈਨਵਸ ਕਾਗਜ਼ ਤੇ ਕੈਨਵਸ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਗਿਆਨਪੀਠ ਇਨਾਮ ਕਾਗਜ਼ ਦੇ ਕੈਨਵਸ ਤੇ ਅਮਰਤਾ ਪ੍ਰੀਤੋਂ ਨੂੰ ਮਿਲਦਾ ਹੈਗਾ ਸੋ ਇਹ ਸੀ ਅਮਰਤਾ ਪ੍ਰੀਤੋਂ ਦੀਆਂ ਦੇ ਕਾਵ ਸੰਗ੍ਰਹਿ ਕਾਵ ਸੰਗ੍ਰਹਿ ਤੇ ਉਹਨਾਂ ਦੇ ਜੀਵਨ ਦੇ ਬਾਰੇ ਅਹਿਮ ਪਹਿਲੂ ਆਉਣ ਵਾਲੀ ਵੀਡੀਓ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਮਰਤਾ ਪ੍ਰੀਤੋਂ ਦੀ ਹਰ ਇੱਕ ਕਿਤਾਬ ਦੇ ਵਿੱਚ ਸ਼ਾਮਲ ਕਵਤਾਵਾਂ ਦੇ ਬਾਰੇ ਵੀ ਗੱਲ ਕੀਤੀ ਜਾਵੇ ਸੋ ਇਹ ਸੀ ਇੱਕ ਸੰਖੇਪ ਝਾਤ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ